ਕਿਸਾਨ ਭਰਾਵੋ, ਦੁਪਹਿਰ ਦਾ ਸਮਾਂ ਹੈਗਾ ਅਤੇ ਮੈਂ ਆਪਣੇ ਸੋਲਰ ਵਾਲੇ ਝੋਨੇ ਦੇ ਉੱਤੇ ਨੱਕੇ ਬਦਲਣ ਆਇਆ ਹੈਗਾ। ਇੱਕ ਵੀਰ ਦਾ ਫੋਨ ਆਇਆ ਅਤੇ ਮੈਂ ਸਾਰੀ ਵਾਰਤਾਲਾਪ ਤੁਹਾਨੂੰ ਵੀਡੀਓ 'ਚ ਦੱਸਦਾ ਹੈਗਾ, ਇਹਨੂੰ ਗੌਰ ਨਾਲ ਸੁਣ ਲਿਓ। ਤੁਹਾਡੇ ਨਾਲ ਤੁਹਾਡੇ ਯਾਰ ਦੋਸਤ ਨਾਲ ਵੀ ਇਹ ਜਿਹੜਾ ਵਰਤਾਰਾ ਕਈ ਵਾਰੀ ਵਰਤ ਜਾਂਦਾ ਹੈਗਾ ਅਤੇ ਆਪਾਂ ਨੂੰ ਅਗਾਊਂ ਸੂਚਿਤ ਰਹਿਣਾ ਚਾਹੀਦਾ, ਕਿਉਂਕਿ ਖੇਤੀ ਆਪਾਂ ਵਾਰ ਵਾਰ ਕਰਨੀ ਹੈ, ਇੱਕ ਵਾਰ ਵੱਧ ਝੜ ਲਾਨਾ ਵੀ ਗੱਲ ਬਣਨੀ ਨਹੀਂ। ਇੱਕ ਵੀਰ ਦਾ ਕਾਲ ਆਇਆ, ਕਹਿੰਦਾ ਬਾਈ ਜੀ ਆਪਾਂ ਝੋਨੇ 'ਚ ਪਹਿਲਾਂ ਪੋਟਾਸ਼ ਨਹੀਂ ਪਾਈ ਹੈਗੀ ਅਤੇ ਆਪਾਂ ਹੁਣ ਪੋਟਾਸ਼ ਪਾਉਣੀ ਹੈਗੀ ਆ, ਅਤੇ ਮੈਂ ਇਸ ਲਈ ਚਲਾ ਗਿਆ ਆਪਣੇ ਬਾਣੀਏ ਕੋਲ, ਠੀਕ ਹੈ, ਬਠਿੰਡੇ ਜ਼ਿਲ੍ਹੇ ਦੀ ਹੀ ਇਹ ਘਟਨਾ ਹੈਗੀ ਆ। ਅਤੇ ਕਹਿੰਦਾ ਜਦੋਂ ਮੈਂ ਪੋਟਾਸ਼ ਦੀ ਗੱਲ ਤੋਰੀ ਵੀ ਆਪਣਾ ਝੋਨਾ ਜਿਹੜਾ ਹੈਗਾ ਵੀ ਉਹ ਲਗਭਗ 35-40 ਦਿਨ ਦਾ ਹੋ ਗਿਆ, ਠੀਕ ਹੈ, ਆਖਰੀ ਯੂਰੀਆ ਜਾਣੀ ਆ, ਉਹਦੇ 'ਚ ਪੋਟਾਸ਼ ਵੀ ਪਾ ਦਿੰਦੇ ਹੈਗੇ ਜਦੋਂ ਇੰਨੀ ਖੇਚਲ ਕੀਤੀ ਹੈਗੀ ਆ, ਹੈ ਜਨਰੇਟਰ ਚਲਾ ਕੇ ਝੋਨੇ ਪਾਲੇ ਹੈਗੇ ਆ। ਤਾਂ ਬਾਣੀਏ ਨੂੰ ਉਹਨੂੰ ਕਿਹਾ ਵੀ ਕਹਿੰਦਾ ਵੀ ਝੋਨੇ ਦੇ ਵਿੱਚ ਪੋਟਾਸ਼ ਦਾ ਹੁਣ ਕੋਈ ਕੰਮ ਨਹੀਂ, ਇਹ ਕੰਮ ਤਾਂ ਨਿਕਲ ਗਿਆ। ਕਹਿੰਦਾ ਹੁਣ ਤੁਸੀਂ ਕਹਿੰਦਾ ਕੋਈ ਸੁੰਡੀ ਮਾਰ ਹੈਗੀ ਆ ਉਹ ਸਪਰੇਅ ਕਰ ਲਓ, ਆ ਜਿਵੇਂ ਕੋਈ ਮਾੜੀ ਮੋਟੀ ਪੱਤਾ ਲਪੇਟ ਜੀ ਹੁੰਦੀ ਹੈ, ਕਹਿੰਦਾ ਇਹਨੂੰ ਵੀ ਮਾਰੋ, ਕਹਿੰਦਾ ਗੋਭ ਦੀ ਸੁੰਡੀ ਵਾਲਾ ਸਮਾਨ ਪਾ ਲਓ ਅਤੇ ਪਾਣੀ ਰੱਖੋ ਵਧੀਆ, ਕਹਿੰਦਾ ਝੋਨੇ ਦੇ ਵਿੱਚ, ਠੀਕ ਹੈ। ਹੁਣ ਮੈਨੂੰ ਨਹੀਂ ਪਤਾ ਵੀ ਉਹਦਾ ਕੋਈ ਪਰਸਨਲ ਐਕਸਪੀਰੀਅੰਸ ਹੈ ਇਸ ਦੇ ਬਾਰੇ ਜਾਂ ਕਿਵੇਂ ਇਹ ਰਾਏ ਦਿੱਤੀ ਗਈ ਹੈ। ਜਿਹੜਾ 35-40 ਦਿਨ ਦਾ ਸਮਾਂ ਹੁੰਦਾ ਝੋਨੇ 'ਤੇ, ਇੱਥੇ ਪਾਣੀ ਰੱਖਣਾ ਭਰ ਕੇ ਰੱਖਣਾ ਕੋਈ ਵਾਹਲੀ ਵਧੀਆ ਸੂਝਬਾਨੀ ਵਾਲਾ ਕੰਮ ਨਹੀਂ ਹੈਗਾ। ਇਸ ਟਾਈਮ 'ਤੇ ਆਪਾਂ ਸੋਕਾ ਲਵਾਉਣਾ ਹੁੰਦਾ, ਠੀਕ ਹੈ, ਜਾਂ ਜਦੋਂ ਝੋਨਾ ਗੋਭ ਦੇ ਵਿੱਚ ਆਊਗਾ ਪਾਈਪ ਦੇ ਵਿੱਚ ਛਿੱਟਾ ਆ ਗਿਆ ਆਪਾਂ ਉਦੋਂ ਪਾਣੀ ਜੁੜਵੇਂ ਲਾਉਣੇ ਆ, ਜਦੋਂ ਸਾਰੇ ਛਿੱਟੇ ਬਾਹਰ ਨਿਕਲੇ ਆਏ ਉਦੋਂ ਆਪਾਂ ਖੇਤ ਦੇ ਵਿੱਚ ਪਾਣੀ 1.5 ਇੰਚ 2 ਇੰਚ ਤੱਕ ਭਰ ਕੇ ਰੱਖਣਾ ਹੁੰਦਾ, ਉਹ ਵੀ ਤਾਂ ਭਰ ਕੇ ਰੱਖਿਆ ਜਾਊਗਾ ਤਾਂ ਕਿ ਆਪਣੇ ਖੇਤ ਦਾ ਲੇਵਲ ਸਹੀ ਹੈਗਾ। ਜਿਹਨਾਂ ਦਾ ਖੇਤ ਦਾ ਲੇਵਲ ਨਹੀਂ ਸਹੀ ਹੁੰਦਾ ਫਿਰ ਉਦੋਂ ਸਾਰੇ ਸਮੇਂ ਵੀ ਝੋਨੇ ਦੇ ਉੱਤੇ ਪੂਰਨ ਤੌਰ 'ਤੇ ਉਹਦਾ ਫਾਇਦਾ ਨਹੀਂ ਮਿਲਦਾ ਹੈਗਾ। ਹਾਂ, ਰਹੀ ਗੱਲ ਪੋਟਾਸ਼ ਦੀ, ਪੋਟਾਸ਼ ਦੇ ਦੇਖੋ ਕੰਮ ਬਹੁਤ ਜ਼ਿਆਦਾ ਆ, ਪਹਿਲਾਂ ਨਹੀਂ ਦਿੱਤੀ ਗਈ ਤੁਹਾਡੇ ਖੇਤਾਂ 'ਚ, ਜੇ ਕਮੀ ਹੈ ਇਹਦੇ ਬਾਬਤ ਪਹਿਲਾਂ ਕਾਫੀ ਵੀਡੀਓ ਪਾ ਚੁੱਕੇ ਹੈਗੇ ਹਾਂ, ਕਿੰਨੀ ਪਾਉਣੀ ਚਾਹੀਦੀ ਆ। ਹਾਂ, ਜਿਵੇਂ SOP ਆ ਉਹ 15 ਕਿਲੋ ਤੱਕ ਪੈਂਦੀ ਹੈ, MOP ਹੈ ਜਿਹੜੀ ਲਾਲ ਪੋਟਾਸ਼ ਆ ਉਹ ਲਗਭਗ 20 ਕਿਲੋ ਤੱਕ ਪੈਂਦੀ ਹੈ। ਹੁਣ ਜਿਹੜਾ ਕੰਮ ਪੋਟਾਸ਼ ਨੇ ਕਰਨਾ ਹੈਗਾ ਉਹਦਾ ਕੋਈ ਵੀ ਕੰਮ ਤੁਹਾਡਾ ਕੀੜੇ ਮਾਰ ਜ਼ਹਿਰ ਨਹੀਂ ਕਰ ਸਕਦਾ, ਠੀਕ ਹੈ, ਇਹ ਗੱਲ ਯਾਦ ਰੱਖਿਓ। ਜੋ ਕੰਮ ਜਿੰਕ ਨੇ ਕਰਨਾ, ਬੋਰਨ ਨੇ ਕਰਨਾ, ਪੋਟਾਸ਼ ਨੇ ਕਰਨਾ, ਉਹ ਕੰਮ ਤੁਹਾਡਾ ਹੋਰ ਕਿਸੇ ਨੇ ਵੀ ਨਹੀਂ ਕਰਨਾ, ਪਾਣੀ ਨੇ ਵੀ ਨਹੀਂ ਕਰਨਾ ਹੈਗਾ। ਅਤੇ ਜੇ ਕੋਈ ਬੰਦਾ ਉਹ ਨਹੀਂ ਪਾ ਰਿਹਾ ਹੈਗਾ ਤਾਂ ਉਹਨੂੰ ਉਹ ਝਾੜ ਦੇ ਵਿੱਚ ਬਿਲਕੁਲ ਗਿਰਾਵਟ ਮਿਲੂਗੀ। ਪਰ ਮੈਨੂੰ ਇਹ ਨਹੀਂ ਗੱਲ ਸਮਝ ਆਈ ਹੈਗੀ ਵੀ ਇਹ 35-40 ਦਿਨ ਦੀ ਉਮਰ ਦੇ ਉੱਤੇ ਝੋਨੇ ਨੂੰ ਪੋਟਾਸ਼ ਕਿਉਂ ਨਹੀਂ ਪਾਈ ਜਾ ਸਕਦੀ ਜਾਂ ਪਾਣੀ ਕਿਉਂ ਭਰ ਕੇ ਰੱਖਣਾ ਹੈਗਾ। ਹਾਂ, ਇੱਕ ਕਾਰਨ ਹੋ ਸਕਦਾ ਵੀ ਜੇ ਤੁਸੀਂ ਪਾਣੀ ਇਹਨਾਂ ਤਾਈਂ ਦਿਨਾਂ ਦੇ ਉੱਪਰ ਵੱਧ ਭਰ ਕੇ ਰੱਖੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੇਲੇ ਦੀ ਸਮੱਸਿਆ ਆਉਂਦੀ ਹੈਗੀ ਆ ਤਾਂ ਜਿਹੜੀ ਫਸਲ ਦੇ ਵਿੱਚ ਪਾਣੀ ਵੱਧ ਭਰ ਕੇ ਰੱਖਿਆ ਜਾਊਗਾ ਇਸ ਅਵਸਥਾ 'ਤੇ 35 ਤੋਂ 50 ਦਿਨ ਦੇ ਵਿੱਚ ਤਾਂ ਉੱਥੇ ਝੋਨੇ ਦੇ ਜਿਹੜੇ ਰਸ ਚੂਸ ਕੀੜੇ ਨੇ ਜੜ੍ਹਾਂ 'ਚ ਜਿਹੜੇ ਟਿੱਡੇ ਹੁੰਦੇ ਨੇ ਉਹਨਾਂ ਦਾ ਹਮਲਾ ਜ਼ਿਆਦਾ ਹੋ ਸਕਦਾ ਕਿਉਂਕਿ ਉਹ ਝੋਨੇ ਦੀਆਂ ਜੜ੍ਹਾਂ ਦੇ ਤਣੇ ਵਾਲਾ ਹਿੱਸਾ ਜਿਹੜਾ ਹੈਗਾ ਉਹ ਨਰਮ ਰਹਿੰਦਾ, ਉੱਥੇ ਹੀ ਉਹਨਾਂ ਨੇ ਡੰਗ ਮਾਰ ਕੇ ਆਂਡਾ ਦੇਣਾ ਹੁੰਦਾ ਅਤੇ ਫਿਰ ਹੀ ਲਾਲਿਆਂ ਦਾ ਸਮਾਨ ਵਿਕਣਾ ਹੈਗਾ, ਫਿਰ ਹੀ ਸੁੰਡੀ ਮਾਰ ਜਾਂ ਤੇਲੇ ਮਾਰ ਚੀਜ਼ਾਂ ਤੁਹਾਨੂੰ ਵਰਤਣ ਨੂੰ ਮਜਬੂਰ ਹੋਣਾ ਪੈਣਾ। ਪਰ ਮੈਨੂੰ ਲੱਗਦਾ ਹੈਗਾ ਵੀ ਜੇ ਤੁਸੀਂ ਸਹੀ ਤਰੀਕੇ ਨਾਲ ਪ੍ਰੈਕਟਿਸ ਕਰਦੇ ਹੈਗੇ ਹੋ, ਵਾਰ ਵਾਰ ਇੱਕ ਹੀ ਫਸਲ ਲਾਉਣੀ ਆ, ਉਹਦੇ 'ਤੇ ਗਤੀਵਿਧੀਆਂ ਕੰਟਰੋਲ ਨਹੀਂ ਕਰਦੇ ਹੈਗੇ ਤਾਂ ਫਿਰ ਤੁਹਾਡਾ ਨੁਕਸਾਨ ਹੋਣਾ ਜਾਇਜ਼ ਆ। ਮਾਰਕੀਟ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਮਟੀਰੀਅਲ ਵੇਚਣ ਵਾਲਾ ਬੈਠਾ ਹੈਗਾ ਤਾਂ ਉਹ ਤੋਂ ਥੋੜ੍ਹਾ ਸੁਚੇਤ ਰਹੋ, ਪਰ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸਮਾਨ ਲੈ ਕੇ ਵਰਤਣਾ ਹੈਗਾ ਤਾਂ ਘੱਟੋ ਘੱਟ
ਤੁਹਾਡੀ ਉਸ ਦਾ ਸਹੀ ਟਾਈਮਿੰਗ ਹੋਵੇ, ਸਹੀ ਡੋਜ਼ ਹੋਵੇ ਆਪਣੇ ਖੇਤ ਦੇ ਵਿੱਚ, ਫਿਰ ਹੀ ਤੁਸੀਂ ਘੱਟੋ ਘੱਟ ਖਰਚ ਦੇ ਨਾਲ ਖੇਤੀ ਕਰ ਸਕਦੇ ਹੈਗੇ ਹੋ। ਜਿਹੜਾ 35-40 ਦਿਨ ਦਾ ਸਮਾਂ ਹੈਗਾ, ਪੋਟਾਸ਼ ਬਿਲਕੁਲ ਪਾਈ ਜਾ ਸਕਦੀ ਹੈ, ਕਿਸੇ ਵੀ ਦਾਣੇਦਾਰ ਜ਼ਹਿਰ ਦੀ ਥੱਲੇ ਪਾਉਣ ਦੀ ਲੋੜ ਨਹੀਂ ਹੈਗੀ। ਨਸਾਰੇ ਹੋਣ ਤੋਂ ਪਹਿਲਾਂ ਕੋਈ ਤੁਹਾਡੇ ਆਪਣੇ ਖੇਤ ਦੇ ਵਿੱਚ ਜੋ ਇਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਆ, ਕੋਈ ਫੰਗੀਸਾਈਡ ਕਰਨਾ, ਕੋਈ ਉਹਦੇ 'ਚ ਕੋਈ ਹੋਰ ਚੀਜ਼ ਵਰਤਣੀ ਹੈ, ਤਾਂ ਉਹ ਵਰਤੀ ਜਾ ਸਕਦੀ ਹੈਗੀ ਹੈ। ਬਟ ਪੋਟਾਸ਼ ਤੋਂ ਮੁਨਕਰ ਹੋਣ ਦੀ ਲੋੜ ਨਹੀਂ ਹੈਗੀ। ਇਹਦੇ ਲਾਏ ਹੋਏ ਪੈਸੇ ਤੁਹਾਡੀਆਂ ਕਈ ਫਸਲਾਂ ਦਾ ਮਸਲਾ ਹੱਲ ਕਰਦੇ ਆ।